संगत जी, वाहिगुरु जी का खालसा, वाहिगुरु जी की फतेह। सजाओ जा गवाओ, टर्बन अवेयरनेस एक बहुत ही अच्छा उपराला जगदीप सिंह पुरी और उन्हां दी सारी टीम ने आज 8 जुलाई 2018 नूं शुरू किया है। टर्बन अवेयरनेस का मकसद दस्तार की अवेयरनेस ते है, दस्तार की महत्वता ते है, दस्तार की इंपोर्टेंस ते है। जगदीप सिंह और उन्हां दी पूरी टीम ने अज एक फेसबुक पेज भी लॉन्च किया है जिहदा नाम है टर्बन अवेयरनेस। एकम सिख टीम नूं बहुत खुशी है कि असी टर्बनेटर्स ग्रुप दे नाल मिल के इस टर्बन अवेयरनेस ड्राइव नूं अगे वधावांगे, क्योंकि एकम सिख टीम सारे सिंह सभा गुरद्वारियां नूं एक प्लेटफॉर्म ते लैके आ रही है। तो असी कोशिश करांगे कि उन्हां सब गुरद्वारा साहब दी संगत नूं अते गुरद्वारा साहब मैनेजमेंट नाल मिल के सेहत ते स्वरूप ਨੂੰ ਪ੍ਰਮੋਟ ਕਰੀਏ। ਅਤੇ ਸੰਗਤ ਜੀ, ਆਓ ਦੇਖੀਏ ਹੁਣ ਕਿ ਟਰਬਨੇਟਰਸ ਟੀਮ ਜੋ ਕਿ ਇਹ ਕੈਂਪੇਨ ਅੱਜ ਲਾਂਚ ਕਰ ਰਹੀ ਹੈ ਉਹ ਇਸ ਬਾਰੇ ਕੀ ਕਹਿਣਾ ਚਾਹ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਪੂਰੀ ਟਰਬਨੇਟਰਸ ਟੀਮ ਵੱਲੋਂ ਆਪ ਸੰਗਤ ਜੀ ਨੂੰ ਫਤਿਹ ਪ੍ਰਵਾਨ ਹੋਵੇ ਜੀ। ਅਸੀਂ ਟਰਬਨੇਟਰਸ ਦਿੱਲੀ ਬੇਸਡ ਇੱਕ ਯੂਨੀਕ ਸਾਈਕਲਿੰਗ ਗਰੁੱਪ ਹੈਗੇ ਹਾਂ। ਸਾਈਕਲਿੰਗ ਦੇ ਵਿੱਚ ਯੂਨੀਕ ਇਸ ਲਈ ਹਾਂ ਕਿ ਅਸੀਂ ਆਪਣੇ ਸਿੱਖੀ ਸਰੂਪ ਨੂੰ ਸਿਹਤ ਦੇ ਨਾਲ ਲੈ ਕੇ ਚੱਲ। ਅੱਜ ਅਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਹਾਂ ਜਿੱਥੇ ਟਰਬਨ ਅਵੇਅਰਨੈਸ ਪੇਜ ਦਾ ਲਾਂਚ ਕੀਤਾ ਗਿਆ ਹੈ, ਜਿਹਦੇ ਵਿੱਚ ਅਸੀਂ ਆਪਣੇ ਸਿੱਖੀ ਸਰੂਪ ਦੀ ਗੱਲ ਇੱਕ ਨਵੇਂ ਢੰਗ ਨਾਲ ਕਰਾਂਗੇ, ਜੋ ਕਿ ਅੱਜ ਕੱਲ੍ਹ ਦੇ ਮਾਹੌਲ ਵਿੱਚ ਬਹੁਤ ਹੀ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ ਹੈ। ਦਰਅਸਲ ਸਾਡਾ ਮੋਟੋ ਸਜਾਓ ਜਾਂ ਗਵਾਓ, ਜੋ ਕਿ ਸਾਡੀ ਅਗਲੀ ਪਨੀਰੀ ਨੂੰ ਇੱਕ ਸੁਨੇਹਾ ਹੈ ਕਿ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਪਣੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਜਾਵਾਂਗੇ। ਇਸ ਉਪਰਾਲੇ ਵਿੱਚ ਏਕਮ ਸਿੱਖ ਮੋਬਾਈਲ ਐਪ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਅਤੇ ਸਾਡੇ ਪਲਾਨ ਨੂੰ ਐਗਜੀਕਿਊਟ ਕਰਨ ਵਿੱਚ ਕਾਫੀ ਸਹਾਈ ਹੋਣਗੇ। ਸਾਡੇ ਪਲਾਨ ਕੁਛ ਇਸ ਤਰ੍ਹਾਂ ਹੈ। ਸਾਈਕਲਿੰਗ ਨੂੰ ਲੈ ਕੇ ਵੱਖ ਵੱਖ ਥਾਵਾਂ 'ਚ ਸਿਹਤ ਅਤੇ ਸਰੂਪ ਦਾ ਪ੍ਰਚਾਰ ਕਰਾਂਗੇ। ਇਹ ਉਪਰਾਲਾ ਬੱਚਿਆਂ ਅਤੇ ਨੌਜਵਾਨਾਂ ਲਈ ਰੋਲ ਮਾਡਲਸ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਆਪ ਸਭ ਸੰਗਤ ਦੀ ਆਸੀਸ ਸਦਕੇ ਅਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਅਸੀਂ ਇਹ ਪੇਜ ਲਾਂਚ ਕੀਤਾ ਹੈ ਜੀ। ਫੇਸਬੁੱਕ 'ਤੇ ਸਰਚ ਕਰਨ ਲਈ ਟਰਬਨ ਅਵੇਅਰਨੈਸ ਟਾਈਪ ਕਰੋ। ਟਰਬਨੇਟਰਸ ਦਾ ਪੈਡਲਰਸ ਪੇਜ ਨੂੰ ਵੀ ਲਾਈਕ ਅਤੇ ਫੋਲੋ ਕਰੋ ਜੀ। ਆਪ ਜੀ ਦੇ ਨਾਲ ਹੋਰ ਜਾਣਕਾਰੀ ਇਹਨਾਂ ਪੇਜਾਂ 'ਤੇ ਅਤੇ ਏਕਮ ਸਿੱਖ ਮੋਬਾਈਲ ਐਪ ਦੇ ਰਾਹੀਂ ਸ਼ੇਅਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।